गुरु घर का कोई प्रोग्राम समागम होता से उस वध चढ़ के योगदान हिस्सा पाँगा से। और मैं उन्होंने 16 च गया 17-18 तो यदिया फोटो विखाइया ने हमेशा बहर भी कनेडा च भी उन्होंने माण से निहंग सिंह के बाने का गुरु दिया लाडली फौजा का सत्कार वजो सोच सी उस सामने झलकती सी। और ऐतकी उन्हें कहते पिछले साल ये प्रण किया कि जी होले महल्ले दे दिन मैं आनंदपुर साहब की पवित्र धरती से जाके नतमस्तक हूँ। बड़ी भावना से सत्कार नाल आपदे पिंडों अपने माता पिता की असीस लैके खालसा पंथ की उस पवित्र धरती से जन्म भूमि से गया। और उत्थे अज उन्हां सारे पंजाबियों नूं मैं सवाल पुछदा कि अज शर्म नाल सिर झुकना चाहीदा कि उन्हें गल कि तो रोकिया लो। उन्हें यही कहा भाई पवित्र धरती से आए हो गल गुरु की करो गल उस्तत गुरु की करो गुरु के रंग च रंगो। और वह रोकण वास्ते अज उहदी जान चली गई। की जवाब देणगे जी? श्री आनंदपुर साहिब होले महल्ले समय गुरदासपुर के पिंड गाजीकोट के रहने वाले भाई प्रदीप सिंह का कतल हो गया सी, जिसका अंतिम संस्कार उन्होंने जद्दी पिंड गाजीकोट जिला गुरदासपुर विखे पूरे खालसाई रीति रिवाजा दे नाल कीता गया। अंतिम संस्कार मौके परिवार के नाल नाल पूरे इलाके विच शोक की लहर पाई जा रही है। संस्कार मौके वक्खो वक्ख राजनीतिक पार्टियां दे आगू समेत भारी तादाद विच लोकां दा इकट्ठ देखण नूं मिलिया। इस मौके बिक्रम सिंह मजीठिया ने भी परिवार दे नाल दुख सांझा कीता है ते नाल ही उन्हां इस घटना की कड़ी निखेधी कीती है। लॉ एंड ऑर्डर दे हालातां लई सरकार नूं कोसिया ते कहा कि इस घटना तो सेध लैंदियां सब नूं जिम्मेवारी नाल गुरु घरां च जाण मौके निमाणा बन के जाना चाहीदा है ते जेही हुल्लड़बाजी तो गुरेज़ करन दी अपील कीती। नाल ही उन्होंने कहा कि इस घटना की जिम्मेदारी तो असीं ਅੱਜ ਨਹੀਂ ਸਕਦੇ, ਅਸੀਂ ਇਸ ਸਭ ਦੇ ਜ਼ਿੰਮੇਦਾਰ ਹਾਂ। ਅੱਗੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਵੱਲੋਂ ਕੀ ਕਿਹਾ ਜਾਂਦਾ ਹੈ ਅਤੇ ਨਾਲ ਦੇ ਨਾਲ ਉੱਥੇ ਮੌਜੂਦ ਸਿੱਖ ਆਗੂਆਂ ਵੱਲੋਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕੀ ਕਿਹਾ ਜਾਂਦਾ ਹੈ ਤੁਸੀਂ ਆਪ ਸੁਣ ਲਵੋ। ਸਭ ਤੋਂ ਪਹਿਲਾਂ ਤਾਂ ਜੀ ਇਸ ਦੁਖਦਾਈ ਮੌਕੇ 'ਤੇ ਮੈਂ ਬੜੀ ਸਤਿਕਾਰਯੋਗ ਜਿਨ੍ਹਾਂ ਨੇ ਦੇਸ਼ ਦੀ ਬੜੀ ਵੱਡੀ ਸੇਵਾ ਕੀਤੀ ਹੈ ਪ੍ਰਦੀਪ ਸਿੰਘ ਜਹੇਦਾਰ ਸਾਹਿਬ ਦੇ ਬਜ਼ੁਰਗਾਂ ਨਾਲ ਸਾਡੇ ਲੈਫਟੀਨੈਂਟ ਗੁਰਬਖਸ਼ ਸਿੰਘ ਜੀ 31 ਸਾਲ ਦੀ ਸੇਵਾ ਜੀ ਉਹਨਾਂ ਦੀ ਫੌਜ 'ਚ ਅੱਜ ਵੀ ਸੇਵਾ ਨਿਭਾ ਰਹੇ। ਉਹਨਾਂ ਦੇ ਤਾਇਆ ਜੀ ਹਵਲਦਾਰ ਗੁਰਦਿਆਲ ਸਿੰਘ ਹੋਰਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ। 24 ਸਾਲ ਦੀ ਇੱਕ ਛੋਟੀ ਉਮਰ 'ਚ ਇਕੱਲੇ ਇਕੱਲੇ ਬੱਚੇ ਨੂੰ ਗਵਾ ਲੈਣਾ ਬਹੁਤ ਹੀ ਦੁਖਦਾਈ ਗੱਲ। ਮੈਂ ਕਦੇ ਪ੍ਰਦੀਪ ਸਿੰਘ ਨੂੰ ਆਪ ਤਾਂ ਨਹੀਂ ਮਿਲਿਆ, ਮਗਰ ਜੋ ਇਹ ਵੀਡੀਓ ਵੇਖੀ ਉਸ ਦਿਨ 'ਤੇ ਮੇਰੇ ਮਨ 'ਤੇ ਬੜਾ ਅਸਰ ਹੋਇਆ ਕਿ ਅਸੀਂ ਸਾਰੇ ਧੀਆਂ ਪੁੱਤਾਂ। ਔਰ ਵੇਖੋ ਇਹ ਬੱਚਾ ਕਨੇਡਾ 'ਚ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਗੁਰੂ ਦੀਆਂ ਲਾਡਲੀ ਫੌਜਾਂ ਦਾ ਸਤਿਕਾਰ ਵਜੋਂ ਹਰ ਗੁਰੂ ਘਰ ਦਾ ਕੋਈ ਪ੍ਰੋਗਰਾਮ ਸਮਾਗਮ ਹੁੰਦਾ ਸੀ ਉਹਦੇ 'ਚ ਵੱਧ ਚੜ੍ਹ ਕੇ ਯੋਗਦਾਨ ਹਿੱਸਾ ਪਾਉਂਦਾ ਸੀ। ਔਰ ਮੈਨੂੰ ਉਹਨਾਂ ਨੇ 16 'ਚ ਗਿਆ 17-18 ਤੋਂ ਇਹਦੀਆਂ ਫੋਟੋਆਂ ਵਿਖਾਈਆਂ ਨੇ ਹਮੇਸ਼ਾ ਬਾਹਰ ਵੀ ਕਨੇਡਾ 'ਚ ਵੀ ਉਹਨੂੰ ਮਾਣ ਸੀ ਨਿਹੰਗ ਸਿੰਘ ਦੇ ਬਾਣੇ ਦਾ ਗੁਰੂ ਦੀਆਂ ਲਾਡਲੀ ਫੌਜਾਂ ਦਾ ਸਤਿਕਾਰ ਵਜੋਂ ਉਹਦਾ ਜੋ ਸੋਚ ਸੀ ਉਹ ਸਾਹਮਣੇ ਝਲਕਦੀ ਸੀ। ਔਰ ਐਤਕੀ ਉਹਨੇ ਕਹਿੰਦੇ ਪਿਛਲੇ ਸਾਲ ਇਹ ਪ੍ਰਣ ਕੀਤਾ ਸੀਗਾ ਕਿ ਜੀ ਹੋਲੇ ਮਹੱਲੇ ਦੇ ਦਿਨ ਮੈਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਾ ਕੇ ਨਤਮਸਤਕ ਹੋਊਂ। ਬੜੀ ਭਾਵਨਾ ਨਾਲ ਬੜੇ ਸਤਿਕਾਰ ਨਾਲ ਉੱਥੋਂ ਆਇਆ, ਬੜੀ ਭਾਵਨਾ ਅਤੇ ਸਤਿਕਾਰ ਨਾਲ ਆਪਦੇ ਪਿੰਡੋਂ ਆਪਣੇ ਮਾਤਾ ਪਿਤਾ ਦੀ ਅਸੀਸ ਲੈ ਕੇ ਖਾਲਸਾ ਪੰਥ ਦੀ ਉਸ ਪਵਿੱਤਰ ਧਰਤੀ 'ਤੇ ਜਨਮ ਭੂਮੀ 'ਤੇ ਗਿਆ। ਔਰ ਉੱਥੇ ਅੱਜ ਉਹਨਾਂ ਸਾਰੇ ਪੰਜਾਬੀਆਂ ਨੂੰ ਮੈਂ ਸਵਾਲ ਪੁੱਛਦਾ ਕਿ ਅੱਜ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਕਿ ਉਹਨੇ ਗੱਲ ਕਿਹੜੀ ਤੋਂ ਰੋਕਿਆ ਲੋਕ ਕਿ ਤੁਸੀਂ ਰੱਬ ਰੱਬ ਕਰਨ ਵਾਸਤੇ ਆਏ ਹੋ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਵਾਸਤੇ ਆਏ ਹੋ, ਗੁਰੂ ਦੇ ਰੰਗ 'ਚ ਰਹੋ, ਲੱਚਰ ਗੀਤਾਂ ਦਾ ਸਹਾਰਾ ਨਾ ਕਰੋ। ਉਹਨੇ ਫਿਰ ਹੌਕਾ ਰੱਬ ਦਾ ਦਿੱਤਾ, ਫਿਰ ਹੌਕਾ ਸੱਚ ਦਾ ਦਿੱਤਾ, ਗੁਰੂ ਵਾਲੇ ਰਸਤੇ ਚਲਾਉਣ ਦਾ ਦਿੱਤਾ।
ਤੇ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਲਾਅ ਐਂਡ ਆਰਡਰ ਦਾ ਐਡਾ ਵੱਡਾ ਫੇਲੀਅਰ ਹੈ ਕਿ ਦੇਖੋ ਇਹ ਸਰਕਾਰ ਆ ਇੱਕ ਪਾਸੇ ਤਾਂ ਕਹਿੰਦੀ ਹੈ ਜੀ ਕਿ ਮੈਂ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ ਸੀ ਮਗਰ ਮੇਰੇ ਮਨ 'ਚ ਹੀ ਸਵਾਲ ਖੜਾ ਹੁੰਦਾ ਕਿ ਤੁਸੀਂ ਵਿਧਾਨ ਸਭਾ 'ਚ ਤਾਂ ਭਾਸ਼ਣ ਕਰਦੇ ਹੋ ਕਿ ਅਸੀਂ ਜੀ ਲੱਚਰ ਗੀਤ ਜਿੰਨੇ ਆ ਬੈਨ ਕਰਤੇ ਬੰਦ ਕਰਤੇ ਜਾਂ ਲੋਕਾਂ ਨੂੰ ਵੈਪਨ ਕੈਰੀ ਕਰਨ ਤੋਂ ਰੋਕਤਾ ਅਸਲੀਅਤ ਆ ਸਾਹਮਣੇ ਆ ਜੀ ਪ੍ਰਦੀਪ ਸਿੰਘ ਜਿਹਨੇ ਉਹੀ ਕੰਮ ਕੀਤਾ ਜੋ ਮੁੱਖ ਮੰਤਰੀ ਕਹਿੰਦਾ ਸੀ ਉਹਨੇ ਇਹ ਕਿਹਾ ਭਾਈ ਪਵਿੱਤਰ ਧਰਤੀ 'ਤੇ ਆਏ ਹੋ ਗੱਲ ਗੁਰੂ ਦੀ ਕਰੋ ਗੱਲ ਉਸਤਤ ਗੁਰੂ ਦੀ ਕਰੋ ਗੁਰੂ ਦੇ ਰੰਗ 'ਚ ਰੰਗੋ ਔਰ ਉਹ ਰੋਕਣ ਵਾਸਤੇ ਅੱਜ ਉਹਦੀ ਜਾਨ ਚਲੀ ਗਈ ਕੀ ਜਵਾਬ ਦੇਣਗੇ ਜੀ ਭਗਵੰਤ ਮਾਨ ਜੀ ਅੱਜ ਕੀ ਜਵਾਬ ਦੇਣਗੇ ਇੱਕ ਸਾਡੇ ਫੌਜੀ ਵੀਰ ਨੂੰ ਉਹਦੀ ਮਾਤਾ ਨੂੰ ਜਿਨ੍ਹਾਂ ਨੇ ਦੇਸ਼ ਦੀ ਸੇਵਾ ਸਾਰੀ ਉਮਰ ਹੀ ਸਾਰੇ ਪਰਿਵਾਰ ਨੇ ਦੇਸ਼ ਦੀ ਸੇਵਾ ਕੀਤੀ ਦੁੱਖ ਤਾਂ ਘਟਨਾ ਤਾਂ ਹੈ ਲੇਕਿਨ ਜਿਸ ਚੀਜ਼ ਨੂੰ ਲੈ ਕੇ ਮੇਰੇ ਬੇਟੇ ਨੇ ਸ਼ਹਾਦਤ ਦਿੱਤੀ ਹੈ ਮੇਲਿਆਂ ਦੇ ਵਿੱਚ ਕੁੱਲੜਬਾਜ਼ੀ ਜਿਹਦੇ ਵਿੱਚ ਗੁਰੂ ਧਾਮਾਂ ਦੀ ਉਮਰ ਜ਼ਿਆਦਾ ਨੂੰ ਭੰਗ ਕੀਤਾ ਜਾ ਰਿਹਾ ਸੀ ਅਤੇ ਹੋ ਸਕਦਾ ਕਿ ਇਹਦੀ ਸ਼ਹੀਦੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਇਹਨਾਂ ਦੇ ਖੱਲ ਪਾਈ ਜਾਏ ਅੱਗੇ ਤੋਂ ਕਿਸੇ ਦੀ ਨਾ ਬਿਲਕੁਲ ਜਿਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਹੈ ਹੁਣ ਆਉਣ ਵਾਲੇ ਨੂੰ ਬੜੀ ਚਿੰਤਾ ਦੀ ਚਿੰਤਾ ਚਾਹੇ ਉਹ ਹਰ ਤੌਰ 'ਤੇ ਧਾਰਮਿਕ ਤੌਰ 'ਤੇ ਹੋਏ ਸਮਾਜਿਕ ਤੌਰ 'ਤੇ ਹੋਵੇ ਕਿ ਸਾਨੂੰ ਸਮਾਜ ਵਾਲੇ ਜਿਹੜੇ ਲੋਕ ਨੇ ਇਹਨਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਨਹੀਂ ਜੇ ਅਜਿਹੀਆਂ ਪਿੰਡਾਂ ਦੇ ਵਿੱਚ ਹੀ ਰੋਕ ਦਿੱਤੀਆਂ ਜਾਣ ਅਜਿਹੀਆਂ ਗਤੀਵਿਧੀਆਂ ਪਿੰਡੋਂ ਟਰੈਕਟਰ ਚੱਲਣ ਅਜਿਹੇ ਜਾਂ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਨਹੀਂ ਬਿਲਕੁਲ ਜੀ ਪਹਿਲਾ ਫਰਜ਼ ਮਾਂ ਬਾਪ ਦਾ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਕੰਮ ਕਰੋ ਕਰਕੇ ਨਾ ਦੇ ਜਾਣ ਅਗਰ ਗੁਰਦੁਆਰਾ ਸਾਹਿਬ ਜਾ ਰਹੇ ਨੇ ਤਾਂ ਉਹਨਾਂ ਦਾ ਦਿਲ ਦੀ ਭਾਵਨਾ ਗੁਰਦੁਆਰਾ ਸਾਹਿਬ ਜਾਣ ਵਾਲੀ ਹੋਣੀ ਚਾਹੀਦੀ ਹੈ ਨਾ ਕਿ ਗਾਣੇ ਸੁਣਨੇ ਜਾਂ ਉੱਥੇ ਮੇਲਾ ਵੇਖਣ ਅਗਰ ਮੇਲਾ ਵੇਖਣ ਜਾ ਰਹੇ ਨੇ ਪਿੰਡ ਤੋਂ ਬੱਚੇ ਇਕੱਠੇ ਹੋ ਕੇ ਜਾ ਰਹੇ ਨੇ ਅਤੇ ਮੇਰੀ ਸਾਰੇ ਪੇਰੈਂਟਸ ਨੇ ਜਿਹੜੇ ਉਹਨਾਂ ਅੱਗੇ ਇਹੀ ਰਿਕੁਐਸਟ ਕਿ ਇਹੋ ਜਿਹੀ ਜਗ੍ਹਾ 'ਤੇ ਆਪਣੇ ਬੱਚਿਆਂ ਨੂੰ ਨਾ ਭੇਜਿਆ ਭਾਈ ਤੁਹਾਨੂੰ ਲੱਗਦਾ ਸਰਕਾਰ ਜੋ ਤੁਹਾਡਾ ਸਰਕਾਰ ਨੇ ਤੁਹਾਡਾ ਸਰਕਾਰ ਨੇ ਜੋ ਕਹਿ ਸਕਦਾ ਮੰਨ ਲਈ ਨਹੀਂ ਹੈ ਜਾਂ ਅੱਗੇ ਕੀ ਪ੍ਰਸ਼ਾਸਨ ਦੀ ਕਾਰਵਾਈ ਕਿੰਨੇ ਪ੍ਰਸ਼ਾਸਨ ਆਪਣੀ ਕਾਰਵਾਈ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਕਿ ਅਸੀਂ ਜੋ ਵੀ ਮੁਜਰਮ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਗ੍ਰਿਫਤਾਰ ਕਰਿਆ ਅੱਛਾ ਅਗਰ ਸਰਕਾਰ ਜੇ ਨਹੀਂ ਕਰਦੀ ਫਿਰ ਅਗਲਾ ਫੈਸਲਾ ਕੋਈ ਉਹ ਫਿਰ ਅੱਗੇ ਸਮਾਂ ਹੁਣ ਤੱਕ ਹੁਣ ਕਮਿਟਮੈਂਟ ਕੀ ਸਰਕਾਰ ਨਾਲ ਇਹੀ ਉਹਨਾਂ ਨੇ ਕਿਹਾ ਕਿ ਸਾਨੂੰ ਥੋੜ੍ਹਾ ਟਾਈਮ ਦਿਓ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਔਰ ਇਸ ਕਾਰਵਾਈ ਨੂੰ ਥੋੜ੍ਹਾ ਟਾਈਮ ਲੱਗੇਗਾ ਅਤੇ ਅਸੀਂ ਉਸ ਟਾਈਮ ਤੋਂ ਜਲਦੀ ਤੋਂ ਜਲਦੀ ਇਹਨੂੰ ਜਿਹੜੀ ਦੂਸਰਾ ਪਰਿਵਾਰ ਹੀ ਸਾਹਮਣੇ ਆ ਰਿਹਾ ਉਹ ਮੈਂ ਕੀ ਕਹੂੰਗੀ ਦੂਸਰੇ ਪਰਿਵਾਰ ਨੇ ਵੀ ਕਿਹਾ ਨਾ ਕਿ ਨਹੀਂ ਖੁੱਲ੍ਹਬਾਜ਼ੀ ਕੀਤੀ ਉਹ ਜਿਹੜਾ ਹੈ ਉਹ ਮਤਲਬ ਅਗਲਾ ਤਾਂ ਮੀਟਰ ਹੈ ਪ੍ਰਸ਼ਾਸਨ ਦਾ ਉਹ ਦੇਖਣਗੇ ਜੋ ਕਹਿ ਰਹੇ ਨੇ ਕੀ ਉਹਨਾਂ ਦਾ ਸਹੀ ਹੈ ਜਾਂ ਇਹ ਸਹੀ ਅਗਲਾ ਕਦੋਂ ਭੋਗ ਇਹਨਾਂ ਦਾ ਕੰਮ ਪਾਇਆ ਜਾ ਰਿਹਾ ਸਰ 15 ਤਰੀਕ ਨੂੰ 13 ਤਰੀਕ ਨੂੰ ਸ੍ਰੀ ਖੰਡਪੁਰ ਸਾਹਿਬ ਰੱਖਿਆ ਜਾਏਗਾ 15 ਤਰੀਕ ਇਸ ਤੋਂ ਇਲਾਵਾ ਵੀ ਸਰ ਕੇਸਗੜ੍ਹ ਸਾਹਿਬ 14 ਤਰੀਕ ਨੂੰ ਪਾਠ ਰੱਖਿਆ ਜਾ ਰਿਹਾ ਔਰ 16 ਤਰੀਕ ਨੂੰ ਕੇਸਗੜ੍ਹ ਸਾਹਿਬ ਪ੍ਰਧਾਨ ਸਾਹਿਬ ਉੱਥੇ ਪਾਠ ਕਰਕੇ ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ ਦਾ ਪਬਲਿਕ ਟਾਈਮਸ।